ਸਤਿ ਸ਼੍ਰੀ ਅਕਾਲ ਐਚਐਸਐਨ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਲਾਈਵ ਇਸ ਮੰਚ ਦੇ ਜ਼ਰੀਏ ਮੈਂ ਸ਼ੀਤਲ ਠਾਕੁਰ ਔਰ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਜੀ ਤੇ ਬੀਜੇਪੀ ਤੋਂ ਸਾਡੇ ਨਾਲ ਜੁੜੇ ਨੇ ਅਸ਼ੋਕ ਸਰੀਨ ਜੀ। ਨਿੱਘਾ ਸਵਾਗਤ ਸਾਡੇ ਮਹਿਮਾਨਾਂ ਦਾ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਾਅ ਐਂਡ ਆਰਡਰ ਦੀ, ਪੰਜਾਬ ਦੀ ਬਣੀ ਹੋਈ ਸਥਿਤੀ ਦੀ। ਫੋਨ ਕਾਲਸ ਜਿਹੜੀਆਂ ਕਿ ਬਹੁਤ ਸਾਰੀਆਂ ਆਂਦੀਆਂ ਨੇ, ਬਹੁਤ ਸਾਰੇ ਵਪਾਰੀਆਂ ਨੂੰ ਵੀ ਆਂਦੀਆਂ ਨੇ। ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਧਮਕੀਆਂ ਭਰੇ ਫੋਨ ਕਾਲਸ ਦੀ ਜਿਹੜੀ ਇੱਕ ਲੜੀ ਹੈ, ਇਹ ਮੁੱਕਣ ਦਾ ਨਾਮ ਨਹੀਂ ਲੈ ਰਹੀ। ਔਰ ਇਸ ਲੜੀ ਦੇ ਤਹਿਤ ਹੁਣ ਦੂਸਰਾ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਦਾ ਨਾਮ ਸਾਹਮਣੇ ਆਇਆ, ਜਿਨ੍ਹਾਂ ਨੂੰ ਫੋਨ ਕਾਲ ਆਈ ਹੈ। ਫੋਨ ਕਾਲ ਦੇ ਵਿੱਚ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਪਹਿਲਾਂ ਇੱਕ ਅਨਨੋਨ ਨੰਬਰ ਤੋਂ ਉਹਨਾਂ ਨੂੰ 2 ਵਾਰ ਕਾਲਸ ਆਈਆਂ, ਉਹਨਾਂ ਨੇ ਨਹੀਂ ਚੱਕਿਆ, ਤੇ ਤੀਜਾ ਫੋਨ ਜਦੋਂ ਉਹਨਾਂ ਨੇ ਚੱਕਿਆ ਤਾਂ ਉਹਦੇ ਨੂੰ ਅੱਗਿਓਂ ਦੀ ਜਿਹੜੀਆਂ ਧਮਕੀਆਂ ਸੁਣਨ ਨੂੰ ਮਿਲੀਆਂ ਨੇ। ਫੋਨ ਕੱਟਣ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਹੁਣ ਜਿਹੜੀ ਹੈ ਪੂਰੀ ਕਾਰਵਾਈ ਕੀਤੀ ਜਾਰੀ ਹੈ। ਉਹਨਾਂ ਦੇ ਘਰ ਦੇ ਆਸ-ਪਾਸ ਜਿਹੜੀ ਹੈ ਸਿਕਿਉਰਿਟੀ ਵਧਾ ਦਿੱਤੀ ਹੈ। ਗੱਲ ਕਰਦੇ ਹਾਂ ਲਾਅ ਐਂਡ ਆਰਡਰ ਦੀ ਸਥਿਤੀ ਦੀ ਕਿ ਕਿਉਂ ਸਾਡੇ ਪੰਜਾਬੀ ਗਾਇਕਾਂ ਨੂੰ, ਕਿਉਂ ਸਾਡੇ ਮਸ਼ਹੂਰ ਅਦਾਕਾਰਾਂ ਨੂੰ ਜਾਂ ਜਿਹੜੇ ਹੋਰ ਵੀ ਪੰਜਾਬ ਦੇ ਵਿੱਚ ਜੁੜੇ ਕਾਰੋਬਾਰੀ ਨੇ, ਉਹਨਾਂ ਨੂੰ ਵੀ ਬਹੁਤ ਸਾਰੇ ਧਮਕੀਆਂ ਆ ਰਹੀਆਂ ਨੇ, ਪਰ ਕੀ ਕਾਰਨ ਬਣ ਰਿਹਾ ਹੈ ਅਰਜੁਨ ਜੀ? ਸ਼ੀਤਲ, ਅਸੀਂ ਇੱਕ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਪੰਜਾਬ ਦੇ ਸਿਨੇਰੀਓ ਦੇ ਵਿੱਚ ਬਹੁਤ ਕੁਛ ਔਰ ਬਹੁਤ ਚੀਜ਼ਾਂ ਬਦਲ ਰਹੀਆਂ ਔਰ ਕੁਛ ਬਦਲ ਗਈਆਂ। ਜਿਹੜੇ ਧਮਕੀ ਦੇਣ ਦਾ ਕੰਮ ਹੈ ਉਹ ਅੱਜ ਕੱਲ੍ਹ ਇੱਕ ਐਸੇ ਐਸੇ ਵਰਗ ਨੇ ਪਕੜ ਲਿਆ ਹੈ ਜਿਸ ਵਰਗ ਦਾ ਧੰਦਾ, ਕਾਰੋਬਾਰ, ਰੋਜ਼ੀ ਰੋਟੀ ਵੀ ਇੱਥੇ ਚੱਲਦੀ ਹੈ। ਉਹ ਹੈ ਗੈਂਗਸਟਰ, ਠੀਕ ਹੈ ਜੀ। ਇਹ ਉਹ ਵਰਗ ਹੈ ਜਿਹਦਾ ਕਾਰੋਬਾਰ ਇਹ ਹੈ ਧਮਕੀਆਂ ਦੇਣਾ, ਫਰੌਤੀਆਂ ਲੈਣਾ, ਮਰਡਰ ਕਰਾਉਣਾ, ਦਹਿਸ਼ਤ ਫੈਲਾਉਣਾ, ਆਪਣੇ ਨਾਂ ਦਾ ਜਦੋਂ ਕੋਈ ਵੱਡੀ ਵਾਰਦਾਤ ਹੋ ਜਾਏ ਉਹਦੇ ਪਿੱਛੇ ਫੇਸਬੁੱਕ 'ਤੇ ਆ ਕੇ ਧਮਕੀ ਦੇ ਜਾਣਾ ਕਿ ਜੀ ਅਸੀਂ ਕਰਾਇਆ ਜੀ, ਜ਼ਿੰਮੇਵਾਰੀ ਲੈ ਜਾਣਾ। ਅੱਤਵਾਦ ਦੇ ਦੌਰ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਸੀ ਨਾ ਉਹ ਆਉਂਦੇ ਆਉਂਦੇ 2 ਦਿਨ 3 ਦਿਨ ਲੱਗ ਜਾਂਦੇ ਸੀ। ਮੈਂ ਉਸ ਵੇਲੇ ਵੀ ਪੱਤਰਕਾਰ ਹੀ ਸੀ ਜਦੋਂ ਇਹ ਦੌਰ ਸੀ ਸਾਰਾ, ਤੇ ਅਸੀਂ ਵੇਟ ਕਰਦੇ ਹੁੰਦੇ ਸੀ ਵੀ ਆਹ ਵਾਰਦਾਤ ਹੋ ਗਈ ਵੱਡੀ, ਇਹਦੀ ਕੌਣ ਜ਼ਿੰਮੇਵਾਰੀ ਲਏਗਾ। ਕਈ ਵਾਰੀ ਅਗਲੇ ਜ਼ਿੰਮੇਵਾਰੀ ਲਿਖ ਕੇ ਲਿਆ ਕੇ ਆ ਕੇ ਵਾਰਦਾਤ ਕਰਕੇ ਉੱਥੇ ਹੀ ਆਪਣੀ ਲੈਟਰ ਪੈਡ ਜਿਹੜਾ ਸੀ ਉਹ ਛੱਡ ਜਾਂਦੇ ਸੀ ਤੇ ਉੱਥੇ ਪਤਾ ਲੱਗ ਜਾਂਦਾ ਸੀ ਕਿ ਫਲਾਣੀ ਜਥੇਬੰਦੀ ਦਾ ਕੰਮ। ਔਰ ਕਈ ਵਾਰ ਫਿਰ ਦੂਜੇ ਦਿਨ ਅਗਲੇ ਉਹ ਪ੍ਰੈਸ ਨੋਟ ਬਣਾਉਂਦੇ ਸੀ, ਪੱਤਰਕਾਰ ਲੱਭਦੇ ਸੀ, ਉਹਨੂੰ ਕਹਿੰਦੇ ਭੇਜ, ਉਹ ਆਉਂਦਾ ਸੀ ਤੀਜੇ ਦਿਨ ਛਪਦੀ ਸੀ ਖਬਰ, ਫਿਰ ਪਤਾ ਲੱਗਦਾ ਸੀ। ਅੱਜ ਕੱਲ੍ਹ ਤੇ ਉਹ ਕਹਿੰਦੇ ਨਾ ਕਿ ਬਹੁਤ ਕੁਛ ਬਦਲ ਚੁੱਕਾ ਹੈ। ਹੁਣ ਤਾਂ ਫੇਸਬੁੱਕ ਤੇ ਨਾਲ ਦੀ ਨਾਲ ਹੋਰ ਕਈ ਪਲੇਟਫਾਰਮ ਹੈਗੇ ਜਿੱਥੇ ਮਰਜ਼ੀ ਵੀ ਕਹਿੰਦੇ ਹੋ ਜਾਵੇ। ਔਰ ਫਿਰ ਬਦਕਿਸਮਤ ਦੀ ਗੱਲ ਇਹ ਹੈ ਕਿ ਇਹੋ ਜਿਹੀ ਅਸੀਂ ਜਿਹਨੂੰ ਫੋਲੋ ਬਹੁਤ ਕੀਤਾ ਜਾਂਦਾ, ਕੰਮ ਦੀ ਗੱਲ ਕਿੱਥੇ ਹੁੰਦੀ ਹੈ ਉਹਨੂੰ ਲੋਕ ਘੱਟ ਪਸੰਦ ਕਰਦੇ ਹੈ, ਏਦਾਂ ਦੀਆਂ ਫਾਲਤੂ ਦੀਆਂ ਚੀਜ਼ਾਂ ਨਾਲ ਜ਼ਿਆਦਾ ਧਿਆਨ ਦਿੰਦੇ ਹੈ। ਰਹੀ ਗੱਲ ਬੱਬੂ ਮਾਨ ਦੀ, ਬੱਬੂ ਮਾਨ ਪੰਜਾਬ ਦੇ ਉਹਨਾਂ ਗਿਣੇ ਚੁਣੇ ਸਟਾਰਸ ਵਿੱਚ ਹੈ। ਦੇਖੋ ਕਈ ਕਲਾਕਾਰਾਂ ਨੂੰ ਗੱਲ ਆਉਂਦੀ ਸੀ, ਸਿੱਧੂ ਮੂਸੇਵਾਲਾ ਨੂੰ ਵੀ ਮੈਂ ਕਦੇ ਵੀ ਉਸ ਸ਼੍ਰੇਣੀ ਦਾ ਕਲਾਕਾਰ ਜਾਂ ਗਾਇਕ ਨਹੀਂ ਮੰਨਿਆ ਕਿਉਂਕਿ ਉਹਦੀ ਗਾਇਕੀ ਵਿੱਚ ਮੈਨੂੰ ਤਾਂ ਕੁਛ ਨਜ਼ਰ ਨਹੀਂ ਆਇਆ। ਗੁਰਦਾਸ ਮਾਨ, ਹੰਸ ਰਾਜ ਹੰਸ, ਸਰਦੂਲ ਸਿਕੰਦਰ ਹੋਰੀ ਦਾ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਇਹ ਬੱਬੂ ਮਾਨ, ਇਹ ਉਹ ਕੈਟੇਗਰੀ ਦਾ ਗਾਇਕ ਹੈ ਜਿਹੜੇ ਕਈ ਸਾਲਾਂ ਤੋਂ ਮੁਤਵਾਤਰ ਚੱਲਦੇ ਆ ਰਹੇ ਹੈ ਔਰ ਲਗਾਤਾਰ ਹੀ ਇਹਨਾਂ ਦੀ ਜਿਹੜੀ ਹੈ ਕਲਾ ਦਾ ਉੱਥੇ ਰਹਿ ਬਣਿਆ ਹੋਇਆ ਵਾ, ਲੋਕੀ ਇਹਨੂੰ ਪਸੰਦ ਕਰਦੇ ਆ। ਔਰ ਵੱਡੇ ਆਦਮੀ ਨੂੰ ਧਮਕੀ ਦੇਣਾ ਹੁਣ ਗੈਂਗਸਟਰਾਂ ਦਾ ਇੱਕ ਰਿਕੁਆਇਰਮੈਂਟ ਬਣ ਚੁੱਕੀ ਹੈ ਕਿ ਆਪਣੀ ਜਥੇਬੰਦੀ ਨੂੰ ਜਿੰਨਾ ਚਮਕਾਉਣਾ ਵਾ ਓਨੇ ਕੁ ਵੱਡਾ ਬੰਦਾ ਕਵਰ ਕਰੋ। ਤੁਸੀਂ ਦੇਖੋ ਲਾਰੈਂਸ ਬਿਸ਼ਨੋਈ ਜਿਹੜਾ ਹੈ, ਲਾਰੈਂਸ ਬਿਸ਼ਨੋਈ DAV ਕਾਲਜ ਮਲੋਟ ਦੇ ਵਿੱਚ ਪ੍ਰਧਾਨ ਪਦ ਬਣਨਾ ਉਹਨੂੰ ਲੈਣ ਲਈ ਬੜਾ ਦਲਾਇਤ ਹੁੰਦਾ ਸੀ। ਇਹਨਾਂ ਦੇ ਇੱਕ ਪੁਰਾਣੇ ਸਾਥੀ ਨੂੰ ਦੱਸਿਆ ਹੈ ਕਿ ਇਹਨੂੰ ਪੁੱਛਿਆ ਕਰਦਾ ਸੀ ਵੀ ਯਾਰ ਤੂੰ ਕਿਹੜਾ ਲੜਾਈਆਂ ਝਗੜਿਆਂ 'ਚ ਪਿਆ ਵਾ, ਉਹ ਕਹਿੰਦੇ ਨਹੀਂ ਮੈਂ ਲੜਾਈਆਂ ਝਗੜਿਆਂ ਦਾ ਪਸੰਦ ਨਹੀਂ ਕਰਦਾ, ਮੈਂ ਤਾਂ ਏਅਰ ਹੋਸਟੇਸ ਤੋਂ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਵਿੱਚ ਸ਼ਾਨਦਾਰ ਔਰ ਤੁਸੀਂ ਬਤਾ ਦਿਓ ਅੱਜ ਕਿਹੜੇ ਰਾਹ ਪੈ ਗਿਆ, ਕਿੱਥੇ ਨਾ ਕਿੱਥੇ ਪਹੁੰਚ ਗਿਆ। ਇਹ ਅਸਲ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਵੀ ਜਾਂ ਸਾਡੇ ਸਮਾਜ ਨੇ ਵੀ ਨਾ ਐਸੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਜਿਹੜੇ ਮੁੰਡੇ ਜਿਹਨਾਂ ਨੇ ਕੋਈ ਵੱਡੇ ਕ੍ਰਾਈਮ ਨਹੀਂ ਸੀ ਕੀਤੇ ਹੋਏ, ਯੂਨੀਵਰਸਿਟੀ 'ਚ ਪੜ੍ਹਦੇ ਸੀ ਜਾ ਕੇ ਲੜਾਈਆਂ ਝਗੜੇ ਕਰਨੇ, ਇਹ ਕੋਈ ਵੱਡਾ ਕ੍ਰਾਈਮ ਨਹੀਂ ਹੁੰਦਾ, ਥੋੜ੍ਹਾ ਬਹੁਤਾ ਜਵਾਨੀ ਦਾ ਜੋਸ਼ ਹੈ, ਜਵਾਨੀ ਦੇ ਮੋਢੇ ਚੜ੍ਹ ਕੇ ਚੀਕਾਂ ਮਾਰਦੀ ਹੁੰਦੀ ਹੈ। ਪਰ ਇਹਨਾਂ ਨੂੰ ਵਾਪਸ ਬੁਲਾਉਣ ਲਈ, ਜੋ ਵਾਪਸ ਸਮਾਜ ਵਿੱਚ ਰੀਐਂਟਰ ਕਰਨ ਵਾਸਤੇ ਜੋ ਮੇਜਰ ਚਾਹੀਦੇ ਸੀ ਉਹ ਨਹੀਂ ਹੋਏ ਔਰ ਅੱਜ ਇਹ ਮਜਬੂਰਨ ਹੁਣ ਇੱਕ ਦਿਨ ਤੋਂ ਅੱਗੇ ਹੁਣ ਤੇ ਉਸ ਦੁਨੀਆਂ ਚਲੇ ਗਏ ਜਿੱਥੇ ਉਹ ਕਹਿੰਦੇ ਨਾ ਵਾਪਸੀ ਦਾ ਰਸਤਾ ਨਹੀਂ ਹੈ।
देयर इज नो रिटर्न पॉइंट। तो हूँ तो यही है कि रोज कारोबार करना, यही रोज उठते हैं, रोज खबरें पढ़ते हैं, रोज देखते हैं, रोज एनालिसिस करते हैं। ये साडा कम है, ये साडा सेवा है। उन्होंने हम सेवा की है, उन्होंने सेवा धमकिया देना, उन्होंने सेवा कतल कराना, उन्होंने सेवा अपनी जथेबंदी के बारे प्रमोशन बारे पीआर करना, चेहरे मोहरे ज्यादा वधा चढ़ा के दिखाना, दहशत जी है उन्होंने थोड़ा जहा होर तेज करना, होर इनक्रीज करना। यह सारा कुछ उस सिलसिले से चलता आ रहा है। यह कोई नवा वर्ग नहीं खड़ा हो गया जो धमकियां दे रहा है, यह उही है। समाज के 90 लोग तो साइलेंट हो गए, पैसे दे देते चलो छोड़ो यार की लेना देना, पुलिस को की लेना, पुलिस को जाओगे तो उन्होंने लग जेब कट लेनी है। ये जो मंगते पे इन्होंने मिंत्रा करके यही चौनी ढिल चढ़ा लो, इन्हें को बहुत है, पुलिस को जाओगे तो डबल पैल हो जाए। जी तो साड़ी जी व्यवस्था है ये जिम्मेदार है सानू। असी लोगों ने ना जो ऐतकी इलेक्शन हुई थी ना, तो सानू एक चीज, मैं खुद अपनी दल दल की गल दसदा, मैं कभी भी किसी पोलीटिकल पार्टी वाल इन्ना उलार होके नहीं सोचा सी, लेकिन मैं भी इन्ना हताश सी हालात तो कि मैं लगता है कि यही एकमात्र विश्वास की किरण है। और स्टेजा से खड़े हो गए वो पढ़े लिखे लोग किदा सानू बेवकूफ बना के गए और 92 सीटा ले गए और आके कट्ठा मान कहते हैं ना कख का कान नहीं तोड़िया उन्होंने। और अज हालत यह है कि रोड जाम पे है, लोग परेशान है, किसी के बच्चे एग्जाम है, किसी के कोई बीमार है, कोई लंघना चाहता है, कोई कारोबार से जाना है, कोई नौकरी तो लेट हो रहा है, राह रोकने वाले मथला मार के बैठ गया है। बस ये कह रहे थे जी कोई गल नहीं जी साढ़े करके थोड़ा जहा दर्द तुम सहन कर लो। पर जो एक बंदे 15 किलोमीटर का वला पा के और भीड़ के और ठोडे खाते हुए मिट्टी जो लंघना पैंदा, उन्होंने पता लगता कि कुरबानी का वह करता पे बैठे बैठे की कुरबानी जाते वो कुरबानी है। तो सरकार को भी चाहिए सगा कि ये सारे सैगमेंट को शांत करने वास्ते कोई ना कोई एक रोडमैप लैके आती, कोई ना कोई योजनाबंदी लैके आती, लेकिन वो नहीं बन सकिया। अज वह नतीजा अभी देखते पे हाँ कि रोज नवी घटना, अज बब्बू मान लोग धमकी आ गई, कल कोई बंदा मारता, परसों किसी का अपहरण हो गया, चौथ कुछ होर हो गया, नित नवा कोई ना कोई यहाँ काम जरा है अनएक्सपेक्टेड जरा हों रहा है। और बब्बू मान सा बहुत ज्यादा कीमती है, बब्बू मान सा फैन राजयोग फॉलोइंग होना कलाकार बहुत ज्यादा, और जदों तो एक फैन खबर फॉलोइंग सामने है। आई और ने काफी परेशान ने बब्बू मान जरा है उन्होंने पंजाबी की प्रोनाउंसिएशन के बारे जी ज्यादा जानकारी है, वो बहुत घट पंजाब के लोग ने जेडे प्रोनाउंस के एडे वे कारीगर ने जिदा कि बब्बू मान। बिल्कुल। वैसे तो बब्बू मान जी की जेकर गल करिए तो एक फैन फॉलोइंग भी उन्हों की बहुत ज्यादा है, लोग उन्होंने काफी पसंद करते हैं, और जो तो उन्होंने धमकी भरिया फोन आया लोग ज्यादा चिंता दे विच ने, हालांकि सिक्योरिटी उन्होंने वधा दी है। खैर जान का जो मामला हो फिर चाहे वह बब्बू मान हो या फिर कोई आम इंसान हो, जान हर किसी की कीमती होंगी है। इस तरह के धमकिया भरे फोन आते हैं या जिवें सिद्धू मूसेवाले का कतल होया, आप कुछ नहीं कर सके उस तो बाद। अज तक उन्होंने मुद्दे के उत्ते जिहड़ियां डिबेट्स चलदियां ने, आप होर कोई डिबेट यहोजे मुद्दे ते ना करिए यदि आप कामना करते। अशोक सरीन जी साढ़े नाल ने, सर बब्बू मान नू फोन कॉल आया है, धमकी भरिया फोन कॉल सीगा, उस तो बाद उन्हां दी जिहड़ी सिक्योरिटी वधा दित्ती गई है, की लगता है तुहानू कि सच्ची दे विच फोन कॉल हो सकती है या फिर सिर्फ कोई पैंतड़ा खेडिया जा रहा है? क्योंकि देखा जावे तां राजनीति दा जेकर असीं थोड़ा जिहा इहदे विच मिक्स करन दी कोशिश करिए तां कई वार हुंदा है कि पॉलिटिक्स इस तरीके दी हुंदी है कि आम बंदे नू जिहड़ा मैनिपुलेट कीता जांदा है। की लगता है तुहानू? देखो लाशां दे उत्ते राजनीति करनी है, खून दे उत्ते राजनीति करनी है। पंजाब बहुत संताप भोग चुका है, पहला 47 च भोग गया पंजाब ने, 84 च पंजाब दी शांति लाशां दे उत्ते आई है, पंजाब दे पंजाबियां दे खून दे उत्ते आई है। सानू दोबारा यह जी ना तो यह जी शांति चाहिए है, ना यह जहा माहौल चाहिए। और जरा ये फोन कॉल आ रही है, देखो ये सच्ची विच हो नहीं सकता, ये सच्ची विच होया होना। और बब्बू मान वो फनकार ने जिन्होंने पंजाब के विरसे लिए, पंजाब के नौजवानों लिए एक अपनी अलग पहचान बनाई हुई है, और पंजाब के लिए बहुत मतलब काम किया और पंजाबीयत लिए काम करते हैं। देखो मैं कहना चाहना है कि ये ऑर्गेनाइज्ड क्राइम हो रहा है, स्ट्रेटजी दे नाल हो रहा है, टारगेट किलिंग्स हो रही है, ये वेल प्लैंड एजेंडे दे नाल काम हो रहा है। देखो अज पंजाब के अंदर पिंडा के अंदर जेडे नौजवान है, देखो आप आतंकवाद नहीं देखा, शायद शीतल जी तुम नहीं देखा होना, अर्जुन जी ने देखा,
उस आतंकवाद च कहा जाता है कि शाम नूं 7 बजे सड़कां खाली हो जांदियां सीगियां, और अज हालात पुछो जिन्हां दा प्यो गया, पुत गया, भरा गया, भैन गई, भाई गया। मैं अर्जुन जी तुहाडे ते, अज मेरा एक दोस्त है गहरी मंडी दे कोल, अंबरसर दे कोल गहरी मंडी है, आतंकवाद दे दौरान रात बहुत बड़ी नूं बात है 12 बजे जी, इक्को परिवार दे 14 बंदे मारे गए, गहरी पंडित मंडी। परिवार दे चलिए हिंदुआं चलिए, दे, हाँ 14 बंदे मारे गए, जिस इक 2.5 साल दा बच्चा भी सी। जी देखो आतंकवाद का कोई रंग नहीं है, कोई रूप नहीं है, आतंकवाद ने पंजाब के अंदर डिस्टरबेंस जेड़े चाहन वाले लोग है। देखो कितनी देर तो लोग लगे हैं कि पंजाब से डिस्टर्ब होना चाहिए, दुश्मन दे घर उन्होंने लिए असं ये सानू दुश्मन समझते, चाहे वह पाकिस्तान च बैठे है, चाहे वह अमेरिका च, कैनेडा च, इंग्लैंड च, कितने भी बैठे, उन्होंने साढ़े घर च अशांति चाहिए है। कहते हैं कि घर के रौला सुनना चाहिए उन्होंने, वह चाहे उन्होंने घर कुछ भी भेज के, कुछ भी करके, किदा भी वो कराना। अज पंजाब च उही हालात है, अज पंजाब के अंदर तुम देखो लॉ एंड ऑर्डर कितने है। व्यापारियों की गल, ये बिल्कुल फनकारा फोन इसलिए आ रहे हैं कि अज जड़ी पंजाब की फिल्म इंडस्ट्री है वो बहुत राइज करती जा रही है, ते पैसा जो आतंकवाद सेगा उदो जिन्हें व्यापारी सी, लाले सी, शहरी सी, जिन्ना सनतकार सी, सारिया नु फोन आते सी, सारिया को पैसे लेंदे सी, सारिया ने पलायन किया, 80% तो ज्यादा लोग पलायन कर गए, दिल्ली, हरियाणा, हिमाचल, यूपी, राजस्थान, मध्य प्रदेश तक लोग गए इतों। और अज जिन्हों को पैसा है, जिन्हों के करके पंजाब का विरसा बढ़ रहा, पंजाब की देखो इकॉनमी भी बढ़ेगी ना जे इंडस्ट्री साड़ी डिवेलप होगी, तो जेडे लोगों को पंजाब नाल प्यार नहीं है, वो लोग चाहते हैं शांति बनाना, और ये सरकार, सरकार का बहुत बड़ा रोल होता है शीतल जी। जेडे लोग सैपरिस्ट है, जेडे खालिस्तानी है, जेडे कहते पंजाब को देश तो अलग करना चाहिए है, इन्हों के कुलतार सिंह सदवा, उन्होंने तो जाके विदेशों मिल के आते हैं, ऑन रिकॉर्ड है, ऑन रिकॉर्ड है। गुरवंत सिंह पन्नू ने कहा असी आम आदमी पार्टी की सरकार बनाई है, पैसे देते हैं, ऑन रिकॉर्ड है। इन्हों के केजरीवाल जी ने, भगवंत मान जी ने कभी वह विरोध किया, कभी भी नहीं किया, बिल्कुल ऑन रिकॉर्ड है। इन्हों के केजरीवाल जी जड़े खालिस्तान लिबरेशन फोर्स के जड़े जड़ा आतंकवादी सिगा, जड़ा काली सूची च है, जड़ा देश च बैन है, ये घर रह के आए। और ये कल एदा बयान सुन लो मुख्यमंत्री साहब का, वो कहते यूपी बिहार नाल तो वधिया साडा पंजाब, दसो हुण साडा बिल्कुल कंपैरिजन यूपी बिहार नाल करता इन्होंने। यूपी दे अंदर अज इंडस्ट्री वध रही है, यूपी च गोली नहीं चलती, यूपी तो गैंगस्टर भज रहे हैं, इतने गैंगस्टर जेडे फड़े है पुलिस ने, दूसरी स्टेट की पुलिस ने, वो भी भजी जाते हैं इन्होंने कोलों। अज शीतल जी पंजाब जड़ा है सिविल वॉर ते खड़ा है, अज तुसी अंदाजा लगाओ कि पुलिस के उत्ते आरोप लाते हैं, पुलिस बेचारी की कर सकती है, पुलिस नूं तां कुटदे पए इन्हां दे एमएलए, साडे जलंधर च होया, डीसीपी नूं कुटिया गया, जे पुलिस दे डीसीपी रैंक दे अधिकारी सुरक्षित नहीं है तो तुसी असी की चीज है। और एदी मंशा सरकार दी है कि केजरीवाल दे खिलाफ कोई बोले उहदे खिलाफ परचा दर्ज है, आम बंदा थाने च धक्के खाता पे, और भगत सिंह जी के उत्ते जे कोई उन्हें अत्तवादी कह देंदा है जिदी उहदे ते कोई परचा नहीं, उदा यह सूहा खाते फिरते हैं कि असी भगत सिंह जी के सपनों का पंजाब बनावांगे। ये सिर्फ सिर्फ गल्लां करने वाले है, काम करने वाले नहीं, ये समस्या का राजनीतिकरण करने वाले है। अज की अखबार है, आज झारखंड की अखबार है, मैं तुम्हें दिखाना, झारखंड च जी इन्हों का की इलेक्शन आने वाले है इन्हों को पता है, तो इन्होंने झारखंड की अखबार है, मैं दूजे पासे है, एक जी मिनट है मैं तुम्हें दिखाना कि दैनिक फुल पेज हिंदुस्तान ऐड लगी है उसे झारखंड की अखबार च, आ देखो ई पेपर हिंदुस्तान, फुल पेज ऐड लगी है भगवंत मान जी की झारखंड के विच, एक की मतलब 2 करोड़ रुपया हर रोज पंजाब का जड़ा है वो हाँ पब्लिकेशन च लगा रहे, पब्लिसिटी च ला रहे, और 12,000 करोड़ का कर्जा है चुक चुके है, 3 लाख करोड़ के करीब का कर्जा पहले ही साढ़े ते है, दिन प्रतिदिन कर्जा वध रहा है पंजाब के उत्ते। ये तो कहते सी साढ़े कोल पॉलिसी है, ये कहते सी बिल्कुल साढ़े कोल रोड मैप है, कहते सी साडा हरा पेन है, अज हरा पेन भी कितने नहीं, अज वो जिहड़ियां गल्लां करते सी हरा प हरा हरिया पग्गां वालियां नूं तां कुटदे पए हैं, वो किसान धरनिया ते बैठे हैं, मर रहे हैं धरने के उत्ते, 5-7 किसानों की जान जा चुकी है भगवंत मान जी के घर के बाहर,
ਟੀਚਰਾਂ ਨੂੰ ਕੁੱਟ ਪੈ ਬਿਲਕੁਲ ਰਹੀ ਹੈ, ਰੋਡਵੇਜ਼ ਵਾਲੇ ਸੜਕਾਂ ਤੇ ਹੜਤਾਲ ਤੇ ਹੈ, ਕਾਰਪੋਰੇਸ਼ਨ ਦੇ ਮੁਲਾਜ਼ਮ ਤਨਖਾਹਾਂ ਲਈ ਰੌਲਾ ਪਾ ਰਹੇ ਹੈ, ਜਿਹੜੀਆਂ ਸਿਵਲ ਹਸਪੀਟਲ ਦੇ ਸਟਾਫ ਹੈ ਉਹਨਾਂ ਨੂੰ ਇਹਨਾਂ ਦੇ ਐਮਐਲਏ ਦੇ ਭਰਾ ਜਾ ਕੇ ਧਮਕੀਆਂ ਪਹੁੰਚਾ ਰਹੇ ਹੈ, ਕੁੱਟ ਰਹੇ ਹੈ। ਅੱਜ ਡਿਪਟੀ ਪੰਜਾਬ ਕਮਿਸ਼ਨਰ ਚ ਲਾਅ ਆਫਿਸ ਦੇ, ਸੈਂਟਰ ਹੈ ਕਿੱਥੇ? ਡਿਪਟੀ ਸਰਕਾਰ ਕਮਿਸ਼ਨਰ ਆਫਿਸ ਪੰਜਾਬ ਦੇ ਵੀ ਦੀ ਇੰਪਲਾਈ ਹੜਤਾਲ ਤੇ ਹੈ। ਜੀ ਅਰਜੀਤ ਜੀ ਕਹਿ ਰਹੇ ਨੇ ਜੀ, ਮੈਂ ਕਿਹਾ ਡਿਪਟੀ ਕਮਿਸ਼ਨਰ ਆਫਿਸ ਦੇ ਇੰਪਲਾਈ ਵੀ ਹੜਤਾਲ ਤੇ ਹੈ ਦੇਖੋ ਨਾ ਅੱਜ ਜੀ ਇਹਨਾਂ ਦੇ 92 ਐਮਐਲਏ ਸਮੇਤ ਮੁੱਖ ਮੰਤਰੀ, ਪੰਜਾਬ ਦੀ ਸੁਰੱਖਿਆ ਸੁਰੱਖਿਆ ਕਿਹਦੀ ਹੋ ਰਹੀ ਹੈ? ਪੰਜਾਬ ਸੁਰੱਖਿਆ ਹੋ ਰਹੀ ਹੈ ਮੁੱਖ ਮੰਤਰੀ ਜੀ ਦੀ, ਮੁੱਖ ਮੰਤਰੀ ਜੀ ਦੀ ਭੈਣ ਦੀ, ਮੁੱਖ ਮੰਤਰੀ ਜੀ ਦੀ ਮਾਤਾ ਜੀ ਦੀ, ਮੁੱਖ ਮੰਤਰੀ ਜੀ ਦੀ ਪਤਨੀ ਦੀ, ਔਰ 92 ਐਮਐਲਏ ਸਮੇਤ ਮੁੱਖ ਮੰਤਰੀ ਇਹਨਾਂ ਦੇ ਪਰਿਵਾਰਾਂ ਦੀ ਆੜੀ ਗਾੜੀ ਪਛਾੜੀ ਬੰਦਿਆਂ ਨੂੰ ਗਨਮੈਨ ਦੇ ਤੇ। ਹਰ ਸ਼ੀਤਲ ਜੀ ਜਿਹੜਾ ਗੰਭੀਰ ਵਿਸ਼ੇ ਹੈ, ਆਉਣ ਵਾਲੇ ਸਮੇਂ ਚ ਹਰ ਥਾਣੇ ਦੇ ਵਿੱਚ 50 ਮੁਲਾਜ਼ਮ ਹੈ ਵੱਧ ਤੋਂ ਵੱਧ, ਤੇ ਇੱਕ ਕੌਂਸਟੀਚੁਐਂਸੀ ਚ 3 ਥਾਣੇ ਹੈ, 150 ਬੰਦਾ 2 ਲੱਖ ਬੰਦੇ ਤੇ ਲੱਗਾ ਹੈ। ਤੇ ਜਿੱਦਾਂ ਦੇ ਹਾਲਾਤ ਬਣ ਰਹੇ ਹੈ, ਇਹ ਪੁਲਿਸ ਵਾਲਿਆਂ ਨੂੰ ਵੀ ਫੜ ਰਹੇ, ਟੂਲ ਬਣਾ ਰਹੇ ਪੁਲਿਸ ਨੂੰ, ਤੇ ਪੁਲਿਸ ਵੀ ਬਾਗੀ ਹੋ ਜਾਣੀ ਹੈ, ਔਰ ਲੋਕਾਂ ਨੇ ਸੜਕਾਂ ਤੇ ਆ ਜਾਣਾ ਹੈ। ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਟੋਟਲ ਮਤਲਬ ਖਰਾਬ ਹੋ ਚੁੱਕਾ ਹੈ। ਮਤਲਬ ਕਹਿੰਦੇ ਆ ਕਿ ਅੱਜ ਪੰਜਾਬ ਦੇ ਅੰਦਰ ਜੇ ਅੱਜ ਵੋਟਾਂ ਹੋ ਜਾਣਾ ਤਾਂ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਅੱਜ ਲੋਕ ਪਰੇਸ਼ਾਨ ਹੈ, ਦੇਖੋ ਜੇ ਅਸੀਂ ਸੁਰੱਖਿਅਤ ਹੀ ਨਹੀਂ ਰਹੇ, ਮਹਿਲ ਮਲਾਰਿਆਂ ਨੂੰ ਕੀ ਕਰਨਾ ਜੇ ਸਾਡੇ ਬੰਦੇ ਹੀ ਨਾ ਰਹੇ? ਬਿਲਕੁਲ ਔਰ ਇਹ ਮੀਡੀਆ ਨੂੰ ਵੀ ਦਬਾ ਕੇ ਰੱਖ ਰਿਹਾ ਹੈ, ਵਪਾਰੀਆਂ ਨੂੰ ਦਬਾ ਕੇ ਰੱਖ ਰਿਹਾ ਹੈ, ਸ਼ਹਿਰੀਆਂ ਨੂੰ ਦਬਾ ਕੇ ਰੱਖ ਰਿਹਾ ਹੈ, ਕਰਮਚਾਰੀਆਂ ਨੂੰ ਦਬਾ ਕੇ ਰੱਖ ਰਿਹਾ, ਨੌਜਵਾਨਾਂ ਨੂੰ ਲਾਰੇ ਲਾ ਰਿਹਾ ਹੈ। ਜਿਹੜੇ 100 180 82 ਜਿਹੜੀਆਂ ਪੁਲਿਸ ਭਰਤੀਆਂ ਕੀਤੀਆਂ ਸੀ ਸ਼ੀਤਲ ਜੀ, ਉਹ ਚੋਂ 25 ਜਾਣੇ ਨੌਕਰੀ ਛੱਡ ਕੇ ਵਿਦੇਸ਼ ਚ ਚਲੇ ਗਏ ਹੈ। ਜੀ ਜੀ ਨੌਜਵਾਨ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ, ਸਰਕਾਰੀ ਨੌਕਰੀ ਛੱਡ ਕੇ ਚਲੇ ਗਏ ਹੈ, ਤੇ ਇਹਦਾ ਕੀ ਹੈ? ਇਹਦਾ ਮਤਲਬ ਇਹ ਹੈ ਕਿ ਉਹ ਪੁਲਿਸ ਚ ਜਾਣਾ ਹੀ ਨਹੀਂ ਚਾਹੁੰਦੇ, ਸਰਕਾਰੀ ਨੌਕਰੀ ਨਹੀਂ ਚਾਹੁੰਦੇ। ਔਰ ਜੇ ਇਹ ਬਿਲਕੁਲ ਜੇ ਹਾਲਾਤ ਉਦਾਹਰਨ, ਬਿਲਕੁਲ ਇਹ ਉਦਾਹਰਨ ਸਿਰਫ ਪੁਲਿਸ ਮਹਿਕਮੇ ਦੇ ਵਿੱਚ ਹੀ ਨਹੀਂ ਆ, ਬਹੁਤ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚੋਂ ਲੋਕ ਗਵਰਨਮੈਂਟ ਜੌਬ ਛੱਡ ਕੇ ਬਾਹਰ ਜਾ ਕੇ ਸੈਟਲ ਹੁੰਦੇ ਨੇ। ਹੈਰਾਨੀ ਵਾਲੀ ਗੱਲ ਥੋੜੀ ਜਿਹੀ ਹੋ ਲੱਗਦੀ ਹੈ, ਕਿਉਂਕਿ ਜਦੋਂ ਤੁਹਾਡੀ ਗਵਰਨਮੈਂਟ ਜੌਬ ਲੱਗ ਜਾਂਦੀ ਆ, ਆਪਾਂ ਇੱਕ ਪੱਕੀ ਉਸਨੂੰ ਸਿਕਿਉਰਿਟੀ ਮੰਨ ਲੈਂਦੇ ਹਾਂ, ਬੁਢਾਪੇ ਤੱਕ ਦੀ ਸਿਕਿਉਰਿਟੀ ਮੰਨ ਲੈਂਦੇ ਹਾਂ, ਪਰ ਫਿਰ ਵੀ ਲੋਕ ਉਸ ਸਿਕਿਉਰਿਟੀ ਤੋਂ ਦੌੜ ਰਹੇ ਨੇ, ਇੰਨੀ ਅਸੁਰੱਖਿਆ ਦੀ ਭਾਵਨਾ ਜੀ ਪੈਦਾ ਹੋ ਗਈ। ਆਪਾਂ ਉਹਦੇ ਤੱਕ ਜੀ ਨਹੀਂ ਸਕਦੇ, ਦੇਖੋ ਨਾ ਜੇ ਆਪਾਂ ਜੀਵਾਂਗੇ ਨਹੀਂ, ਪੈਸੇ ਕਿੱਥੇ ਕਰਾਂਗੇ? ਜੀ ਨਸ਼ਾ ਜਿਹੜਾ ਹੈ ਬੰਦਿਆਂ ਨੂੰ ਇਹ ਲੱਗਣ ਲੱਗ ਪਿਆ, ਸਾਡੇ ਬੱਚੇ ਕਿੱਦਾਂ ਸੁਰੱਖਿਅਤ ਹੈ? ਦੇਖੋ ਮਹਿਲਾਵਾਂ ਨਸ਼ੇ ਦੇ ਵਿੱਚ, ਉਹਨਾਂ ਦੀਆਂ ਵੀਡੀਓਜ਼ ਆਉਣ ਲੱਗ ਪਈਆਂ ਥੜਿਆਂ ਮਾਰੀ ਤੇ, ਹੈ ਜੀ, ਬਿਲਕੁਲ ਫੁੱਟਪਾਥਾਂ ਤੇ, ਅੱਜ ਦੇ ਅਖਬਾਰ ਉੱਤੇ ਦੇ ਵਿੱਚ ਬੈਠੀਆਂ ਵੀ ਨਸ਼ੇ ਦੀ ਹਾਲਾਤ ਚ, ਬਿਲਕੁਲ ਔਰ 10 10 ਸਾਲ ਦੇ ਨੌਜਵਾਨ ਟੀਕੇ ਲਗਾਉਣ ਲੱਗ ਪਏ। ਮੈਂ ਇਹ ਨਹੀਂ ਕਹਿੰਦਾ ਬਿਲਕੁਲ ਕਿ ਪੁਰਾਣੀਆਂ ਸਰਕਾਰਾਂ ਚ ਨਸ਼ਾ ਨਹੀਂ ਸੀ, ਪਰ ਇਸ ਸਤਰ ਤੱਕ ਈਜ਼ੀ ਅਵੇਲੇਬਿਲਿਟੀ ਆ ਗਈ। ਇਹਦਾ ਅਸ਼ੋਕ ਜੀ ਮਤਲਬ ਇਹ ਕਿ ਨਸ਼ੇ ਪੁਲਿਸ ਦੇ ਦਾ ਵਿੱਚ ਤੰਤਰ ਫਿਰ ਮੁਕਾਬਲਾ ਖੇਡਿਆ ਜੀ, ਅੱਜ ਦੀ ਅਖਬਾਰ ਦੇ ਵਿੱਚ ਇੰਨੀ ਕੁ ਵੱਡੀ ਤਸਵੀਰ ਹੈ ਜਿਹਦੇ ਵਿੱਚ ਬੱਚੇ ਆਪਣੇ ਇੰਜੈਕਸ਼ਨ ਲਗਾ ਰਹੇ ਨੇ, ਔਰ ਉਹਨਾਂ ਬੱਚਿਆਂ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਮਿਲਦਾ ਹੈ, ਤੇ ਜਾ ਕੇ ਚਾਹੇ ਤੁਸੀਂ ਪੁਲਿਸ ਥਾਣੇ ਚ ਕੰਪਲੇਂਟ ਕਰ ਲਓ, ਪੁਲਿਸ ਵਾਲਿਆਂ ਨੂੰ ਵੀ ਪਤਾ ਹੈ ਕਿ ਨਸ਼ਾ ਇੰਨੇ ਦਾ ਮਿਲਦਾ, ਔਰ 500 ਰੁਪਏ ਦਾ ਇੱਕ ਟੀਕਾ ਵੇਚਿਆ ਜਾ ਰਿਹਾ। ਦੇਖੋ ਮੈਂ ਇਹ ਸੱਚਾਈ ਹੈ ਨਾ ਜੀ, ਹੁਣ ਇਹ ਕਹਿ ਦੇਣਗੇ ਜੀ ਇਹਨਾਂ ਨੂੰ ਵਿਪਕਸ਼ ਬਦਨਾਮ ਕਰ ਰਿਹਾ ਹੈ, ਇਹ ਬਦਨਾਮ ਨਹੀਂ, ਇਹ ਕੰਮ ਇਹਨਾਂ ਦੇ ਬਦਨਾਮੀ ਵਾਲੇ, ਇਹ ਪੰਜਾਬ ਦੀ ਜਵਾਨੀ ਨੂੰ ਦਾ ਤੇ ਲਾ ਕੇ। ਦੇਖੋ ਟੈਰਰਿਸਟ ਜਿਹੜਾ ਟੈਰਰਿਜ਼ਮ ਸੀਗਾ ਸ਼ੀਤਲ ਜੀ, ਉਹਨਾਂ ਨੇ ਬੰਦੂਕ ਨਾਲ ਬੰਦਾ ਮਾਰਿਆ, ਬੰਦੂਕ ਨਾਲ ਲੋਕ ਮਾਰੇ, ਪੰਜਾਬ ਦਾ ਮਾਹੌਲ ਖਰਾਬ ਕੀਤਾ, ਇਹਨਾਂ ਨੇ ਚਾਰੇ ਪਾਸੇ ਨਾਰਕੋ ਟੈਰਰਿਜ਼ਮ ਇਹ ਲਾਏ, ਅੱਜ ਦੋ ਧਰਮਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਸਮਾਜ 'ਚ ਡਿਫਰੈਂਸ ਦੀ ਲਕੀਰ ਖਿਚਾਣੀ ਸ਼ੁਰੂ ਕਰਤੀ ਇਹਨਾਂ ਨੇ। ਅੱਜ ਮੰਦਿਰਾਂ ਦੇ ਉੱਤੇ ਅਟੈਕ ਹੋ ਰਿਹਾ, ਆਰਪੀਜੀ ਅਟੈਕ ਵਿਜੀਲੈਂਸ ਦਾ ਦਫ਼ਤਰ ਤੇ ਹੋ ਜਾਣਾ, ਗ੍ਰਨਾਈਡ ਦਾ, ਉਹ ਆਤੰਕਵਾਦ ਚ ਵੀ ਨਹੀਂ ਹੋਇਆ ਸੀ, ਜਗਰਾਤਿਆਂ ਦੇ ਵਿੱਚ ਜਾ ਕੇ ਲੋਕ ਖਲਣ ਪਾਉਣ ਲੱਗ ਪਏ। ਇਹਦਾ ਮਤਲਬ ਕੀ ਹੈ ਕਿ ਲੋਕਾਂ ਚ ਡਰ ਹੀ ਨਹੀਂ ਹੈ, ਖੌਫ ਕਿਹਦੇ ਚ ਹੈ ਸ਼ੀਤਲ ਜੀ? ਤੁਸੀਂ ਆਪਣੇ ਭਰਾ ਨਾ, ਭਾਈ ਨਾ, ਪਤੀ ਨਾ, ਜੇ ਤੁਸੀਂ ਮਹਿਲਾਵਾਂ ਜਾਂਦੀਆਂ, ਜੇ ਉਹਦੇ ਹੈਲਮਟ ਨਹੀਂ ਪਾਇਆ ਹੋਇਆ ਤੇ ਸੜਕ ਤੇ ਚਲਾਣ ਹੈ, ਤੇ ਉਹ ਸਰੇਆਮ ਪਿਸਤੌਲ ਲੈ ਕੇ ਘੁੰਮ ਰਹੇ ਹੈ, ਗੋਲੀ ਚਲਾ ਰਹੇ ਹੈ, ਤਲਵਾਰ ਚਲਾ ਰਹੇ, ਉਹਨਾਂ ਨੂੰ ਕੋਈ ਫੜ ਨਹੀਂ ਹੈ। ਬਿਲਕੁਲ ਬਿਲਕੁਲ, ਇਹ ਸਵਾਲ ਪਹਿਲਾਂ ਵੀ ਆਪਾਂ ਕਈ ਵਾਰ ਕੀਤਾ ਹੈ ਕਿ ਆਮ ਬੰਦੇ ਦਾ ਮਿੰਟ 'ਚ ਚਲਾਨ ਹੋ ਜਾਂਦਾ ਹੈ, ਪਰ ਕੋਈ ਵਿਅਕਤੀ ਕਿਵੇਂ ਜਿਹੜੇ ਹਥਿਆਰ ਲੈ ਕੇ ਨਿਕਲ ਜਾਂਦੇ ਨੇ, ਉਹਨਾਂ ਦੀ ਚੈਕਿੰਗ ਕਿਉਂ ਨਹੀਂ ਹੁੰਦੀ? ਕਿਹੜੀ ਚੀਜ਼ ਬੰਦ ਹੋਈ? ਬਦਲਾਵ ਕਰ ਕੀ ਕਿੱਥੇ ਆਇਆ? ਬਦਲਾਵ ਆਇਆ ਕਾਨੂੰਨ ਵਿਵਸਥਾ 'ਚ, ਇਹ ਜਿਹੜੇ ਡਾਟੇ ਪੇਸ਼ ਕਰਦੇ ਪਏ 2021-22 ਦੇ ਕਰਦੇ ਪਏ ਆ, ਮਾਰਚ ਤੋਂ ਬਾਅਦ ਦਾ ਡਾਟਾ ਤਾਂ ਹਲੇ ਆਇਆ ਹੀ ਨਹੀਂ। 8 ਮਹੀਨਿਆਂ ਦੇ ਵਿੱਚ 362 ਮਰਡਰ ਹੋ ਗਏ, 225 ਦੇ ਕੋਲ ਓਵਰਡੋਜ਼ ਨਸ਼ੇ ਨਾਲ ਲੋਕ ਮਰ ਗਏ, ਤੇ ਕਿੱਥੇ ਹੈ ਪੰਜਾਬ ਦੀ ਬਿਲਕੁਲ ਬਿਲਕੁਲ ਸੁਰੱਖਿਆ ਸੁਵਿਧਾ? ਪੰਜਾਬ ਦੀਆਂ ਸੁਵਿਧਾਵਾਂ ਕਿੱਥੇ?
बिल्कुल अज इन्हां नूं पंजाब दे अंदर मैं समझदा साइलेंट एमरजेंसी लगी हुई है, लोग बोल नहीं रहे और ये जो हालात है पंजाब च एमरजेंसी ही एक तो जे इन्हां को नहीं सांभिया जाता पंजाब दे अंदर गवर्नर रूल ला के पंजाब दे लोकां नूं बचाण दे लई सानूं वधना चाहिए है, काम करना चाहिए है और उहदे लई ये सानूं एकजुट होके पंजाबियों नूं पंजाबीयत लई पंजाबी विरसे दे लई पंजाब दे लई आपसी राजनीतिक हितां तों उपर उठ के ये काम करना चाहिए जिदे विच जिस तरह आतंकवाद नूं खत्म करन दे विच पंजाब दे पंजाबियों दा और मीडिया दा बहुत वड्डा रोल रहा सी। इसे तरह अज पंजाब दे जिहड़े हालात नाजुक स्थिति च पंजाब है उहनूं पंजाबी और मीडिया दे लोग ही कढ सकदे हैं, ये सरकार दे बस दा काम नहीं क्योंकि सरकार तो इत्थे है ही नहीं, सरकार गुजरात है जहाजां च घूम रही है, बिल्कुल सरकार सरकार दे 92 MLA कहड़े पंजाब च कहड़े बोलदे हैं। बिल्कुल इहदे नाल ही गल करदे आं। अज सूबे दे विच पिछले 2-3 दिनां तो 5 थावां ते किसानां ने धरने लगाए होए ने। किसानां दे धरने, किसानां दियां मंगां जिहड़ियां कि पराली नाल रिलेटेड ने या मुआवजे नाल संबंधित ने या होर भी कई 5-7 इहनां दियां मंगां ने जिहड़ियां पूरियां नहीं हो रहियां, ते पंजाब सरकार दे खिलाफ कई थावां ते धरने ने। देखो हाईवे जाम कीते ने, आम लोकां नूं भी काफी समस्या दे विच आ रही है, ते इहनां मंगां नूं लैके तुसीं की कहोगे? देखो मैं तो ये कहना चाहना है कि शीतल जी जदों कोई कमिटमेंट करिए उत्ते पूरे उतरीए, इन्हां ने किसानां नूं कहा सीगा तुसी मूंगी लाओ तुहानूं तुहाडे जिहड़े पैसे घटूगे असीं देवांगे, हुण कित्थे आ गल्लां नाल है पैसे दिओ। हरियाणे दे अंदर MSP सब्जियां दे उत्ते हरियाणे दी सरकार दे रही है, जे मंडी च सस्ती बिक जांदी है सब्जी उहदी हरजाने दी पूर्ति जिहड़ी है उह हरियाणे दी सरकार कर रही है। अज पंजाब दे अंदर किसानां नूं इन्हां ने जिन्ने वादे लाए कोई पूरा नहीं कीता, गन्ना मेला वाले अज ओह गन्ने उहनां दे भी पैसे फसे हैं, अज किसानां नूं MSP जिहड़ियां इन्हां ने मल्टी क्रॉपिंग दे लई क्या ओह भी किसानां नूं पराली दे लई भी इन्हां ने कोई मतलब ये असुविधा क्रिएट करदे है, ये माहौल खलल पा सकदे है, ये सुविधा दा कष्ट दा मुश्किल दा रुकावट दा निवारण नहीं कर सकदे। यानी कि तुसीं कह रहे हो कि सरकार ने इन्हां दी मंगां नहीं मनियां, है ना? सरकार ने उन्हें लारे लाए, जी 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 आपा सरकार ने की किया मीडिया हाइप क्रिएट करने दे लई सरकार फोटो पॉलिटिक्स कर दी रही। जी बिल्कुल अशोक जी, मैं हुण थोड़ा जिहा अर्जुन जी वल जाऊंगी। अर्जुन जी, पिछे जे आपां किसानां दे मुद्दे दे उत्ते प्रोग्राम च गलबात कीती सी, और तुसीं कहा सीगा कि किसान गलत ने, ठीक है, इन्हां नूं आदत पै चुकी है, इन्हां नूं बहुत सारियां सब्सिडीज मिलदियां ने, बहुत सारियां फैसिलिटीज मिलदियां ने, पर इन्हां नूं हुण आदत पै चुकी है कि असीं किसे ना किसे तरीके दे नाल माहौल खराब करिए। अज अशोक जी कहिंदे पए ने कि नहीं, सरकार ने, पंजाब सरकार ने इन्हां दियां, इन्हां नूं लारे भी लाए ने ते इन्हां दियां मंगां मन्नियां भी नहीं। तुहाडी की राय है? देखो गल इदा है कोई भी व्यक्ति बिना वजह तो सड़क ते आके बैठने नहीं तैयार नहीं हुंदा, ये तो मनन वाली गल है। असी ये उदों गल कहने हां जदों गन्ना मिल दी दे नां ते बिना किसी अनाउंसमेंट तो गन्ना मिल दा झगड़ा की है ये नहीं पता, लेकिन फगवाड़े जाम ला के तुसी चंडीगढ़ तो लैके दिल्ली तक जाम कर देंगे हो, उदों पठानकोट तो लैके अमृतसर तक जाम हो जाता है। असी इन्हां चीज़ों के खिलाफ करते रहे हैं करांगे भी, लेकिन हुण उन्होंने जिहड़े सर्वे चुने हैं उन्होंने ऊपर है तो हाईवे ही है छोटे हाईवे ने मालवे च ज्यादा सारा प्रदर्शन हो रहा और उत्थे वो हुण करन ते करन की तुसी डाइवर्सीफाई करा के कुछ ना कुछ नवा कराया है, ते जे तुसी प्रयोग किया सी जे क्या सी असी इतने परसेंट देंगे अगर कमी पेशी रही तो दो, ठीक है ना। अज मैं उत्थे इंटरव्यू सुनता पाया सी ते उत्थे एक किसान जितों के विश्वास ही नहीं किया जा सकता कि वो मोदी की कोई तारीफ कर देगा, वो कह रहा सी कि इधर तो मोदी 10 दर्जे चंगा वा, असी धरने ला के उसका जुलूस करते रहे, वो लगातार साढ़े खातों में जो पैसे उन्हें वादा किया सी वो पाता रहा है। एक गल किन्ने कही है? एक किसान लीडर जो उसे जो टीवी चल रहे न्यूज चल रही थी वो चलने कही, किसानों ने कही, नौजवानों ने कही घट्टो घट्ट जी उधर अगर कोई प्रॉमिस होंगे सेंटर वालों तो कुछ आंदा तो हैगा ना, असी असी उसका यानी कि थैंक्स भी नहीं करते केंद्र हैं। वालों जो भी किसानों को सब्सिडी दी जाती है उन्हें तक पहुंचती है, ये गल कही गई है? केंद्र वालों जो मिलता वो पहुंच जी रहा है केंद्र उन्हें तक? वालों पर एकड़ जो किसान निधि के नाम से जो दिता जाता ना वो आ रहा है, हाँ, वो हर 6 महीने आ रहे बाद हैं। जी पेमेंट है 3,000 रुपए की या कितनी पर एकड़ वो दे रहा है, केंद्र दे रहा है और लगातार उन्होंने खाते पैसे आ रहे हैं,
ਉਹ ਕਹਿੰਦਾ ਥੈਂਕ ਯੂ ਨਾ ਕਰੋ ਕੋਈ ਗੱਲ ਨਹੀਂ। ਇੱਥੇ ਕੰਮ ਬੇਸਿਕਲੀ ਕੀ ਹੈ, ਸ਼ੀਤਲ ਇਹਨਾਂ ਲੋਕਾਂ ਨੂੰ ਤਜਰਬਾ ਨਹੀਂ ਸੀ, ਇਹਨਾਂ ਨੂੰ ਵਿਸ਼ਵਾਸ ਵੀ ਨਹੀਂ ਸੀ ਕਿ ਸਾਡੀ ਸਰਕਾਰ ਬਣ ਜਾਏਗੀ। ਇਹਨਾਂ ਨੂੰ ਇਹ ਸੀ ਕਿ ਐਤਕੀ ਅਸੀਂ ਦੂਜੇ ਨੰਬਰ ਤੇ ਆ ਜਾਵਾਂਗੇ ਜਾਂ ਠੀਕ ਠਾਕ ਪੋਜੀਸ਼ਨ ਤੇ ਆਵਾਂਗੇ, 5 ਸਾਲ ਰਗੜਾਂਗੇ ਆਪਣੇ ਆਪ ਨੂੰ ਤੇ ਸਰਕਾਰ ਬਣਨ ਦੇ ਕਾਬਿਲ ਹੋ ਜਾਵਾਂਗੇ। ਪਰ ਲੋਕੀ ਇੰਨੇ ਕਾਲੇ ਸੀ, ਉਹ ਚੋਰ ਨਾਲੋਂ ਪੰਡ ਕਾਲੀ, ਉਹਨਾਂ ਨੇ ਚੱਕ ਕੇ ਸੱਤਾ ਦੇ ਦਿੱਤੀ। ਹੁਣ ਤਜਰਬਾ ਨਹੀਂ ਹੈ, ਹੁਣ ਕੰਮ ਕਰਨ ਦਾ ਤੌਰ ਤਰੀਕਾ ਨਹੀਂ ਹੈ, ਹਾਲ ਤੱਕ ਸਮਝ ਹੀ ਨਹੀਂ ਹੈ ਕਿ ਇਹ ਵਿਵਸਥਾ ਚੱਲਦੀ ਕਿੱਦਾਂ ਹੈ। ਦੇਖੋ ਭਗਵੰਤ ਮਾਨ ਜੀ ਐਸ ਐਸ ਚੀਫ ਮਿਨਿਸਟਰ ਨੇ ਸਾਰੀ ਜ਼ਿੰਦਗੀ ਤਾਂ ਉਹਨਾਂ ਨੇ ਕਲੋਲਾਂ ਕਰਕੇ ਮਜ਼ਾਕ ਕਰਕੇ ਰੋਟੀ ਖਾਧੀ ਹੈ, ਅੱਜ ਉਹ ਜਨਤਾ ਨਾਲ ਮਜ਼ਾਕ ਕਰਦੇ ਪਏ ਆ। ਜਿਹੜੀ ਵਿਵਸਥਾ ਇੱਕ ਨਾ ਇੱਕ ਸ਼ਾਸਨ ਪ੍ਰਸ਼ਾਸਨ ਦੀ ਇੱਕ ਰਿਦਮ ਹੁੰਦੀ ਹੈ, ਇੱਕ ਵਿਵਸਥਾ ਹੁੰਦੀ ਹੈ, ਇੱਕ ਸੀੜੀ ਦਰ ਸੀੜੀ ਨਿਜ਼ਾਮ ਹੁੰਦਾ ਹੈ, ਇੱਕ ਕੰਮ ਕਾਰ ਕਰਨ ਦਾ ਇੱਕ ਤੌਰ ਤਰੀਕਾ ਹੁੰਦਾ ਹੈ, ਇੱਥੋਂ ਅੱਛਾ ਚੱਲਣਾ ਇੱਥੇ ਤੱਕ ਆਉਣਾ। ਅਰਜੁਨ ਜੀ, ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਆਇਆ ਘੱਟੋ ਘੱਟ 6-7 ਮਹੀਨੇ ਹੋਏ ਨੇ। ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਕਿ ਉਹ ਕਹਿੰਦੇ ਸਾਡੇ ਤੱਕ ਪੂਰਤੀ ਨਹੀਂ ਹੋਈ। ਤੁਸੀਂ ਵੀ ਕਹਿੰਦੇ ਹੋ ਕਿ ਲਾਰੇ ਲਗਾਏ ਗਏ ਪੂਰਤੀ ਨਹੀਂ ਹੋਈ। ਥੋੜਾ ਜਿਹਾ ਆਪਾਂ ਪਿੱਛੇ ਵੱਲ ਜਾਂਦੇ ਹਾਂ ਕਿ ਪਹਿਲਾਂ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ, ਜਾਂ ਉਸ ਤੋਂ ਵੀ ਪਹਿਲਾਂ ਆਪਾਂ ਹੋਰ ਪਿੱਛੇ ਚਲੇ ਜਾਂਦੇ ਹਾਂ, ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਕਿ ਕਿਸਾਨਾਂ ਨੂੰ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਹੁੰਦੇ ਨੇ ਉਦੋਂ ਪਹੁੰਚਦੇ ਸੀ ਉਹਨਾਂ ਤੱਕ? ਸ਼ੀਤਲ ਦੇਖੋ ਗੱਲ ਪਤਾ ਕੀ ਹੈ, ਅਗਰ ਉਹ ਪਹੁੰਚ ਜਾਂਦੇ ਸੀ ਨਾ ਤੇ ਉਹ ਲੋਕ ਕਦੀ ਏਦਾਂ ਦੇ ਦਾਅਵੇ ਵੀ ਨਹੀਂ ਸੀ ਕਰਦੇ ਕਿ ਅਸੀਂ ਦਿਆਂਗੇ। ਇਹਨਾਂ ਤੇ ਅੱਡੀਆਂ ਚੱਕ ਕੇ ਪਾਹਾ ਲਿਆ ਵਾ, ਉਹ ਕਹਿੰਦੇ ਮੈਂ ਤਾਂ ਵਾਅਦਾ ਹੀ ਨਹੀਂ ਕੀਤਾ ਕਰਾਂਗੇ ਜੀ, ਉਹ ਤੇ ਕਿਸਾਨ ਤੇ ਕਹਿੰਦੇ ਠੀਕ ਹੈ ਸਰਕਾਰ ਕੁਝ ਕਰ ਲਊਗੀ। ਇੱਥੇ ਤੇ ਇਹ ਹੋਇਆ ਨਾ, ਇੱਥੇ ਤੇ ਇਹ ਪੁਆਇੰਟ ਬਣਾ ਬਣਾ ਕੇ ਗਏ ਕਿ ਦੇਖੋ ਜੀ ਤੁਹਾਨੂੰ ਇਹ ਨਹੀਂ ਦਿੱਤਾ ਅਸੀਂ ਇਹ ਦਿਆਂਗੇ, ਇਹ ਨਹੀਂ ਦਿੱਤਾ ਇਹ ਦਿਆਂਗੇ, ਇਹ ਨਹੀਂ ਦਿੱਤਾ ਇਹ ਦਿਆਂਗੇ। ਜਦੋਂ ਤੁਸੀਂ ਲੋਕਾਂ ਦੀਆਂ ਆਸ਼ਾਵਾਂ ਵਧਾ ਦਿੰਦੇ ਹੋ ਨਾ, ਲੋਕਾਂ ਦੀਆਂ ਇੱਛਾਵਾਂ ਵਧਾ ਦਿੰਦੇ ਹੋ, ਉਸ ਤੋਂ ਬਾਅਦ ਲੋਕਾਂ ਦਾ ਬੈਕਆਊਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ, ਔਰ ਤੁਹਾਨੂੰ ਕੰਮ ਪਤਾ ਨਹੀਂ ਕਿ ਕਰਨਾ ਕਿੱਦਾਂ। ਮੈਂ ਅੱਜ ਤੁਹਾਨੂੰ ਕਹਿ ਦਾਂ ਕਿ ਜੀ ਮੈਨੂੰ ਕੋਈ ਗੱਲ ਨਹੀਂ, ਤੁਸੀਂ ਇੱਕ ਵਾਰੀ ਮੌਕਾ ਦਿਓ, ਮੈਂ ਜਿੱਦਾਂ ਹੀ ਬੋਲਾਂਗਾ ਨਾ ਤੁਹਾਡੇ ਚੈਨਲ ਦੇ 1 ਲੱਖ ਵਿਊਅਰ ਉਸ ਵੇਲੇ ਦੇਖਣ ਲੱਗ ਜਾਏਗਾ। ਤੁਸੀਂ ਕਹੋਗੇ ਠੀਕ ਹੈ ਦੇ ਲੈਂਦੇ ਤੁਹਾਨੂੰ ਮੌਕਾ, ਤੇ ਉੱਥੇ ਆਰਾਮ ਨਾਲ 70 ਵੀ, ਤੇ ਫਿਰ ਕੀ ਹੋਏਗਾ। ਬਿਲਕੁਲ ਨਹੀਂ, ਵਾਅਦਾ ਜੇਕਰ ਕੀਤਾ ਤੇ ਉਹਨੂੰ ਤਾਂ ਪੁਗਾਣਾ ਪੈਂਦਾ ਹੀ ਹੈ, ਨਹੀਂ ਤਾਂ ਤੁਸੀਂ ਉਹ ਦੰਗੇਬਾਜ਼ ਵਾਅਦੇ ਜਿਹੜੇ ਸੀਗੇ ਨਾ, ਉਹ ਐਵੇਂ ਕਾਗਜ਼ੀ ਕਰੀ ਗਏ ਕਿ ਇਹਨਾਂ ਨੂੰ ਵਿਸ਼ਵਾਸ ਸੀ ਕਿ ਸਰਕਾਰ ਨਹੀਂ ਬਣਦੀ ਸਾਡੀ, ਅਸੀਂ 20 ਤੋਂ 40 ਸਾਲ ਤੱਕ ਚਲੇ ਜਾਵਾਂਗੇ, ਸਰਕਾਰ ਨਹੀਂ ਬਣਨੀ, ਸਰਕਾਰ ਬਣਨ ਤੱਕ ਅਸੀਂ ਐਕਸਪਰਟ ਹੋ ਜਾਵਾਂਗੇ, ਅਸੀਂ ਵਿਰੋਧ ਕਰਨ ਦੀ ਰਾਜਨੀਤੀ ਕਰਾਂਗੇ। ਚਲੋ ਤੇ ਇਹ ਆ ਗਏ ਪੱਤਾ ਦੇ ਵਿੱਚ ਸੱਤਾ ਜਾ ਕੇ। ਅੱਛਾ ਫਿਰ ਕੀ ਹੈ ਕਿ ਰਿਮੋਟ ਕੰਟਰੋਲ ਸਾਡਾ ਦਿੱਲੀ 'ਚ ਹੈ, ਚਾਹੇ ਭਗਵੰਤ ਮਾਨ ਤੇ ਆਪਣੇ ਜਿੱਦਾਂ ਦਾ ਚੀਫ ਮਿਨਿਸਟਰ ਬਣਿਆ ਉਹਨੂੰ ਹੱਸਦਾ ਦੇਖਿਆ ਸੀ ਕਿਤੇ ਕਦੀ? ਉਹ ਜਿੱਦਾਂ ਪਹਿਲਾਂ ਖਿਲਖਿਲਾ ਕੇ ਹੱਸਦਾ ਹੁੰਦਾ ਸੀ, ਕਿੱਕਲੀਆਂ ਪਾਉਂਦਾ ਹੁੰਦਾ ਸੀ, ਉਹ ਗੁਜਰਾਤ ਜਾ ਕੇ ਤੇ ਗਰਬਾ ਇਸ ਕਰਕੇ ਕਰਦਾ ਕਿ ਪਿੱਛੋਂ ਨਾਲ ਉਹ ਚਾਬੀ ਜਿਹੜੀ ਹੈ ਕੇਜਰੀਵਾਲ ਦੰਦਾ ਵੀ ਚੱਲ ਨੱਚ ਨਾਚ ਜਮੂਰੇ ਨਾਚ ਉੱਥੇ ਨੱਚਣ ਡਿਆ। ਇੱਥੇ ਪੰਜਾਬ ਦੇ ਵਿੱਚ ਜਿੱਦਾਂ ਸੀਐਮ ਬਣਿਆ ਉਹਦੇ ਚਿਹਰੇ ਤੇ ਅਸੀਂ ਰੰਗਤ ਨਹੀਂ ਦੇਖੀ, ਉਹਦੇ ਹੋਠਾਂ ਤੇ ਮੁਸਕਾਨ ਨਹੀਂ ਦੇਖੀ, ਉਹ ਲੱਗਦਾ ਉਹਨੂੰ ਸਮਝ ਆ ਗਈ ਕਿ ਮੈਨੂੰ ਕੰਮ ਨਹੀਂ ਕਰਨ ਦਿੰਦੇ ਪਏ ਔਰ ਉਦੋਂ ਕੰਮ ਨਹੀਂ ਹੋਣਾ, ਛਿੱਤਰ ਮੇਰੇ ਹੀ ਪੈਣੇ ਆ, ਔਰ ਉਹ ਸਥਿਤੀ ਜਿਹੜੀ ਆ ਉਹ ਆ ਗਈ ਹੈ। ਆ ਰਹੀ ਹੈ। ਅੱਛਾ ਗੱਲ ਕਰਦੇ ਆ ਸੂਬੇ ਦੇ ਜਿਹੜੇ 5 ਹਾਈਵੇ ਜਾਮ ਹੋਏ ਨੇ, ਆਮ ਲੋਕਾਂ ਨੂੰ ਦਿਨ ਰਾਤ ਮੁਸ਼ਕਲ ਆਉਂਦੀ ਹੈ ਜਦੋਂ ਰੇਲਵੇ ਦੇ ਟਰੈਕ ਕਿਸਾਨਾਂ ਵੱਲੋਂ ਜਾਮ ਕੀਤੇ ਜਾਂਦੇ ਨੇ, ਰੋਕੀਆਂ ਜਾਂਦੀਆਂ ਨੇ, ਬੱਸਾਂ ਰੋਕੀਆਂ ਜਾਂਦੀਆਂ ਨੇ, ਹਾਈਵੇ ਰੋਕੇ ਜਾਂਦੇ ਨੇ। ਆਮ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ, ਜਦੋਂ ਕੋਈ ਦੂਰੋਂ ਪਾਰੋਂ ਆ ਰਿਹਾ ਹੁੰਦਾ ਉਹਨੇ ਆਪਣੇ ਘਰ ਪਹੁੰਚਣਾ ਹੁੰਦਾ, ਘਰ ਪਹੁੰਚਣ ਦੀ ਉਹਨੂੰ ਕਾਹਲੀ ਹੁੰਦੀ ਹੈ, ਉਹ ਕਿੰਨਾ ਖੱਜਲ ਹੁੰਦਾ ਹੈ। ਕਈ ਵਾਰ ਆਪਾਂ ਪਿੱਛੇ ਜੇ ਗੰਨੇ ਦੀ ਜਦੋਂ ਇਹਨਾਂ ਨੇ ਫਗਵਾੜੇ ਦੇ ਲਾਗੇ ਧਰਨੇ ਲਾਏ ਸੀ, ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਨਵਾਂ ਸ਼ਹਿਰ ਤੋਂ ਜਲੰਧਰ ਵੱਲ ਆਉਂਦੇ ਸੀ, ਜਲੰਧਰ ਤੋਂ ਨਵਾਂ ਸ਼ਹਿਰ ਜਾਂਦੇ ਸੀ, ਉਹ ਕਿਹੜੇ ਪਿੰਡਾਂ ਰਾਹੀਂ ਹੋ ਕੇ 1/2 ਘੰਟੇ ਦਾ ਸਫ਼ਰ ਉਹ 4 ਘੰਟਿਆਂ 'ਚ ਤੈਅ ਕਰਦੇ ਸੀ, ਤੇ ਕਿੰਨੀਆਂ ਗਾਲਾਂ ਕੱਢਦੇ ਉਹ ਜਾਂਦੇ ਸੀ। ਆਮ ਲੋਕਾਂ ਨੂੰ ਜਿਹੜੀ ਮੁਸ਼ਕਲ ਦਾ ਸਾਹਮਣਾ ਹੋ ਰਿਹਾ ਉਹਦਾ ਕੀ ਹੱਲ ਹੋ ਸਕਦਾ? ਜਸਪਾਲ ਭੱਟੀ ਦੇ ਇੱਕ ਡਾਇਲੋਗ ਬੋਲਿਆ ਸੀ ਕਿਸੇ ਫਿਲਮ, ਕਹਿੰਦਾ ਆਮ ਆਦਮੀ ਦਾ ਜੀਣਾ ਕੋਈ ਜੀਣਾ ਦੁੱਖ ਇਹੀ ਜਵਾਬ ਜੀ ਬਿਲਕੁਲ। ਸੋ ਕਹਿਣ ਦਾ ਅਰਥ ਇਸ 2 ਸੈਂਟੈਂਸ ਵਿੱਚ ਇਹੀ ਹੈ ਕਿ ਆਮ ਵਿਅਕਤੀ ਪਿਸਦਾ, ਠੀਕ ਹੈ, ਸਰਕਾਰਾਂ ਦੇ ਵਿਚਕਾਰ ਤੇ ਦੂਸਰਿਆਂ ਦੇ ਵਿਚਕਾਰ ਜੇਕਰ ਮੰਗਾਂ ਦੀ ਲੜਾਈ ਹੈ ਜਾਂ ਵਾਅਦਿਆਂ ਦੀ ਲੜਾਈ ਹੈ ਤਾਂ ਪਿਸਦਾ ਹਮੇਸ਼ਾ ਆਮ ਇਨਸਾਨ ਹੈ। ਅਸ਼ੋਕ ਜੀ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਾਂਗੇ ਜਾਂਦੇ ਜਾਂਦੇ। ਅਸ਼ੋਕ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਕੀ ਹੱਲ ਹੋ ਸਕਦਾ ਇਸ ਤਰੀਕੇ ਦੇ ਨਾਲ? ਸੜਕ ਰੋਕ ਦੇਣਾ ਕੀ ਇਹ ਵੱਡਾ ਸੋਲੂਸ਼ਨ ਹੈ? ਦੇਖੋ, ਪ੍ਰਦਰਸ਼ਨ ਕਰਨਾ ਸਭ ਦਾ ਅਧਿਕਾਰ ਹੈ ਲੋਕਤੰਤਰ ਦੇ ਵਿੱਚ। ਤੁਹਾਨੂੰ ਜੇ ਅਧਿਕਾਰ ਮਿਲਿਆ ਨਾ, ਤੁਹਾਡੀਆਂ ਕੋਈ ਜ਼ਿੰਮੇਵਾਰੀਆਂ ਵੀ ਫਿਕਸ ਹੈ। ਬਦਕਿਸਮਤੀ ਹੈ ਸਾਡੇ ਲੋਕ ਅਧਿਕਾਰਾਂ ਦੀ ਗੱਲ ਕਰਦੇ ਆ, ਜ਼ਿੰਮੇਵਾਰੀਆਂ ਦੀ ਗੱਲ ਨਹੀਂ ਕਰਦੇ। ਸੜਕ ਬੰਦ ਕਰਕੇ ਸਰਕਾਰ ਨਾਲ ਲੜਾਈ ਹੈ, ਲੜੋ,
कोई गल नहीं, सड़कां बंद करके पहला की मिलिया या अज तो इतिहास च सड़कां बंद करने वाले नु की मिलिया जिहड़ा हुण गांह की मिल जाना। मिल जाना। आपां ये जिहड़ी सरकार दी प्रॉपर्टी है वो साडी तुहाडी टैक्सां दी साडे सारिआं दी, वो किसानां दी भी उन्नी प्रॉपर्टी है। देखो बिल्कुल। और किसानां नु ये गल समझनी चाहीदी है, पंजाब की तरक्की जे पंजाब चो कोई इन्वेस्टर ना आया ना, जे पंजाब चो इंडस्ट्री चले गई जड़ी दस दस 20 हजार करोड़ की फ्री बिजली पंजाब की सरकार दे रही है, वो कितों देगी? और जमीना वेच के ही देगी? बिल्कुल। इंडस्ट्री प्लान, इंडस्ट्री ने प्लान करना शुरू करता है, इंडस्ट्री हिमाचल जा रही है, हरियाणा जा रही है, यूपी जा रही है, गुजरात जा रही है, मध्य प्रदेश जा रही है। जे इंडस्ट्री चलेगी टैक्सेशन नहीं होगी, टैक्सेशन जे मेरी जेब च पैसे ही नहीं होगी तो मैं खर्चूंगा कितना? बिल्कुल सरकार ने जी। कोई नोट छापने वाली मशीन तो लाई नहीं, चाहे आम आदमी पार्टी की सरकार है, पैसे तो उन्हें पब्लिक डोमेन चो इकट्ठे करने हैं, पब्लिक चो ही इकट्ठे करने हैं। ठीक है, पॉलिसी सरकार दी गलत है, और सरकार कोले ना लॉ एंड ऑर्डर सांभिया जा रहा है, ना पॉलिसीज इंप्लीमेंट कीतियां जा रही हैं, जेडे वादे कीते सी उना करके इना कोल जवाबदेही नहीं तय हो रही। ते अज ये हर रोज एक नवा कोई शगुफा छड़ के लोगों नु भ्रमित करने का प्रयास कर रहे हैं। पंजाब के लोग भावुक जरूर है पर बेवकूफ नहीं है। ओदा जवाब उन्होंने संगरूर जिमनी चोन च दे दिता, जिस इलाके चो संगरूर दी सीट आ रही है उथे मुख्यमंत्री एमपी सिगे, उस हलके च मुख्यमंत्री एमएलए है, उस हलके च 9 चो 6 वजीर है इन्होंने, फिर भी ये सरकार हार गई सीट। दैट मीन्स कि पब्लिक का ओपिनियन सरकार दे ओपिनियन दे खिलाफ है, सरकार दी पॉलिसी दे खिलाफ है, सरकार दे खिलाफ है। और जड़ी अर्जुन जी ने बिल्कुल सही गल कही, पिसनी जनता है। आज जनता इतनी हैरान परेशान हताश है, मजबूर है, कुछ कर नहीं सकते। आज तुसी व्यापारी देखो, जे व्यापारी कोई बोलेगा उसके जीएसटी वाले रेड कर रहे हैं, जे बिल्कुल। आम बंदा कोई बोल रहा है पुलिस उसके कार्रवाई कर रही है। जड़ी पुलिस सी इन्होंने लोगों की आवाज न दबाने लई कुचलन लई कुटन लई लाती है। अभी सरकारी कर्मचारी हड़तालां ते हैं, बिल्कुल। ये इन्हां दी देखा, बिल्कुल बैड हालात पॉलिसी जड़े है, इसके। बैड जी। गवर्नेंस है। वैसे बिल्कुल एक गल मैं हालात जानदा जानदा जड़े कहना सारे चाहना पॉलिसी। हाँ जी शीतल जी, पंजाब जी अर्जुन जी। पंजाब दी असि इतने बह के कल्प रहे हैं, चिंता कर रहे हैं, पर तुम सुन लो, झारखंड च चल जाओ, गुजरात चल जाओ, उतों के अखबारों ने पुल पुल पन्ने पंजाब सरकार की तारीफ करते शब्द है, और कई कई बिल्कुल लख रुपये लगते हो, जिस चो कहते कि जी। पंजाब असी पंजाब नहीं 8 महीने स्वर्ग बनाता। अज इतने आके देख लो, पंजाबियों ने स्वर्गवासी बना के दिता, तुम स्वर्ग से आप ही हो देखो गया। पंजाब दे विच इलेक्शन सन ना, विधानसभा चोणां सन, उदों दिल्ली दियां तारीफां साडे तक आउंदियां सन कि दिल्ली नूं देखो उहनां ने की बना दित्ता, दिल्ली दे विच कहड़े कहड़े मॉडल चला दित्ते, दिल्ली च कहड़ा रोड मैप चलिया सीगा, एजुकेशन सिस्टम दिल्ली दा बहुत वधिया हो गया, हेल्थ सिस्टम बहुत वधिया हो गया। उह चीज़ पहलां इत्थे अप्लाई हुई सी, इत्थे लोकां ने, आपां कह सकदे हां कि लोग उहनां दी गल दे विच वी आए ने, क्योंकि लोग की सी, लोग अके होए सी, लोग रहती पार्टियां तों अके होए सी, लोकां ने कहा ठीक है कि जे तीजी धिर कह रही है तो एक बार इहनां नूं मौका दे के देख लैणे, लोकां ने सिर्फ एक मौका दित्ता है, और शक्ति लोगों के हाथ है, लोगों के कोल इन्नी क पावर है, जेकर वो मौका दिंदे ने तो मौका खो भी सकते हैं। सो लोगों के हाथ सब कुछ होंगे है, किसी नूं राजा बनाना है तो किनू रंग बनाना है, ये वक्त दस दिंदा है। आज दे प्रोग्राम दे विच साडे नाल जुड़न दे लई, गलबात करन दे लई अशोक सरीन जी ते अर्जुन शर्मा जी, बहुत बहुत शुक्रिया। नमस्कार।